ਸਾਡੇ ਕੋਲ ਜਿਹੜੇ ਇੱਕ ਬੜੇ ਹੀ ਸੁਲਝੇ ਹੋਏ ਸਾਡੇ ਨੌਜਵਾਨ ਨੇ ਜਿਹੜੇ ਪ੍ਰੈਸ ਨੂੰ ਇੱਥੋਂ ਨੁਮਾਇੰਦਗੀ ਕਰਦੇ ਆ ਪੰਜਾਬੀ ਟ੍ਰਿਬਿਊਨ ਅਖਬਾਰ ਨੂੰ ਤੇ ਬੜੇ ਹੀ ਪੜ੍ਹੇ ਲਿਖੇ ਤੇ ਸੁਲਝੇ ਹੋਏ ਇਨਸਾਨ ਵੀ ਨੇ ਤੇ ਉਹਨਾਂ ਨੂੰ ਅਸੀਂ ਇਸ ਦੌਰਾਨ ਇੱਥੇ ਲੈ ਕੇ ਆਏ ਹਾਂ ਤੇ ਉਹਨਾਂ ਨਾਲ ਵੀ ਅਸੀਂ ਉਹਨਾਂ ਦੇ ਵਿਊ ਜਾਣਨੇ ਚਾਹੁੰਦੇ ਹਾਂ ਕਿਉਂਕਿ ਉਹ ਵੀ ਕਾਫੀ ਚਿਰ ਤੋਂ ਇਹਨਾਂ ਖੇਡਾਂ ਨਾਲ ਜੁੜੇ ਹੋਏ ਆ ਤੇ ਬਾਕੀ ਕਾਫੀ ਵਧੀਆ ਆਪਦੀ ਉਹ ਸੋਚ ਰੱਖਦੇ ਆ ਅਸੀਂ ਉਹਨਾਂ ਤੋਂ ਇਹਨਾਂ ਖੇਡਾਂ ਬਾਰੇ ਵੀ ਗੱਲਬਾਤ ਕਰਨੀ ਚਾਹਾਂਗੇ ਸੋ ਸਵਾਗਤ ਕਰਦੇ ਹਾਂ ਜੀ ਤੇਜਸਦੀਪ ਸਿੰਘ ਅਜਨੌਦਾ ਦਾ ਪੰਜਾਬੀ ਟ੍ਰਿਬਿਊਨ ਤੋਂ ਸ਼ੁਕਰੀਆ ਜੀ ਬਰਾੜ ਸਾਹਿਬ ਬਹੁਤ ਬਹੁਤ ਜੀ ਮਿਹਰਬਾਨੀ ਜੀ ਤੇ ਸਵਾਗਤ ਆ ਪਹਿਲਾਂ ਤੁਹਾਡਾ ਹਰਮਨ ਰੇਡੀਓ ਤੇ ਦੂਜਾ ਮੈਂ ਪੁੱਛਣਾ ਚਾਹੁੰਦਾ ਅਜਨੌਦਾ ਸਾਹਿਬ ਤੁਸੀਂ ਇਹਨਾਂ ਖੇਡਾਂ ਦੇ ਕਿੱਥੋਂ ਤੋਂ ਜੁੜੇ ਹੋ ਇਹਨਾਂ ਨਾਲ ਤਕਰੀਬਨ 2007 ਤੋਂ ਲੈ ਕੇ ਮੌਕਾ ਮਿਲਦਾ ਰਿਹਾ ਗ੍ਰਿਫਤ ਦਾ ਜੀ ਇਸ ਟੂਰਨਾਮੈਂਟ ਤੇ ਆਉਣ ਦਾ ਜੋ ਲਗਾਤਾਰ ਜਾਰੀ ਹੈ ਜੀ ਸੋ ਕਾਫੀ ਟਾਈਮ ਤੋਂ ਜੀ ਤੇ ਤੁਸੀਂ ਕਿੱਦਾਂ ਲੱਗਦਾ ਤੁਸੀਂ ਕਿਉਂ ਇਹ ਹਰ ਵਾਰ ਇੱਥੇ ਆ ਰਹੇ ਹੋ ਕਿਹੜੀ ਇਹੋ ਜਿਹੀ ਚੀਜ਼ ਆ ਜਿਹੜੀ 450 ਕਿਲੋਮੀਟਰ ਤੋਂ ਤੁਹਾਨੂੰ ਖਿੱਚ ਕੇ ਹਰ ਵਾਰ ਇੱਥੇ ਲਿਆ ਰਹੀ ਹੈ ਬਿਲਕੁਲ ਜੀ ਇਹ ਆਪਣੀ ਜਿਹੜੀ ਈਸਟ ਵਾਲੀ ਬੈਲਟ ਦੀਆਂ ਸਾਰੀਆਂ ਸਟੇਟਾਂ ਦੇ ਜਿਹੜੇ ਆਪਣੇ ਬੰਦੇ ਇੱਕ ਤਾਂ ਇਹਨਾਂ ਨਾਲ ਮਿਲਣ ਦਾ ਜੁੜਨ ਦਾ ਮੌਕਾ ਮਿਲ ਜਾਂਦਾ ਜੀ ਜੀ ਸੋ ਇਹੀ ਸਬੱਬ ਬਣਦਾ ਕਿਉਂਕਿ ਜ਼ਿਆਦਾਤਰ ਕੰਮਾਂ ਕਾਰਾਂ 'ਚ ਸਾਰੇ ਮਸ਼ਰੂਫ ਹੋਣ ਕਰਕੇ ਜੀ ਟਾਈਮ ਨਹੀਂ ਮਿਲਦਾ ਬਹੁਤਾ ਜੀ ਜੀ ਸੋ ਉਹੀ ਹੈ ਕਿ ਸਾਰਿਆਂ ਦੇ ਦਰਸ਼ਨ ਮੇਲੇ ਹੋ ਜਾਂਦੇ ਆ ਤੁਹਾਡੇ ਹੋ ਗਏ ਅੱਜ ਜੀ ਜੀ ਬਿਲਕੁਲ ਜੀ ਬਿਲਕੁਲ ਤੇ ਨਾਲ ਨਾਲ ਤੁਸੀਂ ਜਿਵੇਂ ਹੁਣ ਇਹ ਜਿਹੜੀਆਂ ਖੇਡਾਂ ਇਹ ਘੱਲੂਘਾਰੇ ਦੀ ਯਾਦ 'ਚ ਬਣਾਈਆਂ ਜਾਂਦੀਆਂ ਸਾਡੇ ਇੱਕ ਇੱਕ ਸਾਡੀ ਤਰਾਸ ਦੀ ਜਿਹਨੂੰ ਕਿ 29 ਸਾਲ ਹੋ ਗਏ ਆ ਤੇ ਅਸੀਂ ਉਹਦੇ ਲਈ ਝੂਝ ਰਹੇ ਆ ਸਾਡੀ ਕੌਮ ਸਾਸ ਕਰਕੇ ਤੇ ਅਸੀਂ ਕੁਝ ਇੱਕ ਜਿਹੜੀ ਉਹਨਾਂ ਦੀ ਸੋਚ ਤੇ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਆ ਵਿਦੇਸ਼ 'ਚ ਬੈਠੇ ਜੀ ਪਰ ਤੁਹਾਨੂੰ ਇੱਕ ਚੀਜ਼ ਜੇ ਮੈਂ ਇੱਕ ਇਸ ਖੇਡਾਂ ਤੋਂ ਵੱਖਰਾ ਹਟ ਕੇ ਸਵਾਲ ਕਰਾਂ ਉਹ ਇਹ ਆ ਵੀ ਜੇ ਤੁਸੀਂ ਪੰਜਾਬ ਨੂੰ ਤੇ ਜਾਂ ਇੱਥੋਂ ਨੂੰ ਕੰਪੇਅਰ ਕਰਕੇ ਦੇਖਦੇ ਹੋ ਤੁਸੀਂ ਪਿਛਲੇ ਦਿਨਾਂ 'ਚ ਖਬਰਾਂ ਸੁਣੀਆਂ ਹੋਣੀਆਂ ਪੰਜਾਬ 'ਚ ਵੀ ਇਹ ਜਿਹੜਾ ਘੱਲੂਘਾਰਾ ਦਿਵਸ ਜਿਹੜਾ ਮਨਾਇਆ ਜਾਂਦਾ ਪਰ ਬਹੁਤ ਸਾਰੇ ਥਾਵਾਂ ਤੇ ਇਹੋ ਜਿਹਾ ਕੁਝ ਹੋਇਆ ਵੀ ਪੱਗਾਂ ਤੱਕ ਲਈਆਂ ਤੇ ਸਾਡੀ ਕੌਮ ਦੇ ਵਿੱਚ ਆਪਸ ਵਿੱਚ ਬਹੁਤ ਸਾਰੇ ਇਹੋ ਜਿਹੇ ਵਿਵਾਦ ਵੀ ਹੋਏ ਵੀ ਅਸੀਂ ਇੱਕ ਮੁੱਠੀ ਭਰ ਕਹਾਏ ਜਾਣ ਵਾਲੇ ਵੀ ਇੱਕ ਮੁੱਠੀ 'ਚ ਨਹੀਂ ਹਾਂ ਸੋ ਇੱਥੇ ਅਸੀਂ ਵਿਦੇਸ਼ 'ਚ ਅਕਸਰ ਹੀ ਇੱਕ ਯੂਨਿਟੀ ਵੀ ਦਿਖਾਉਣੇ ਆ ਤੇ ਵਿਦੇਸ਼ 'ਚ ਅਸੀਂ ਅਜੇ ਜ਼ਿਆਦਾ ਫਿਕਰਮੰਦ ਆ ਤੁਸੀਂ ਇਸ ਨੂੰ ਕਿਸ ਐਂਗਲ ਤੋਂ ਦੇਖਦੇ ਹੋ ਦੇਖੋ ਜਿਹੜੀ ਘੱਲੂਘਾਰੇ ਦੀ ਗੱਲ ਹੈ ਜੀ ਉਹ ਇੱਕ ਇੱਕ ਕੌਮੀ ਪੀੜਾ ਦਾ ਸਵਾਲ ਹੈ ਉਹ ਜਰਨਲਾਈਜ਼ ਹੈ ਇੱਕ ਬਾਕੀ ਜਿਹੜੀ ਰਹੀ ਗੱਲ ਇਹੋ ਜਿਹੀਆਂ ਘਟਨਾਵਾਂ ਵਾਪਰਨ ਦੀ ਬੜੀਆਂ ਮੰਦਭਾਗੀਆਂ ਨੇ ਭਾਵੇਂ ਕਈ ਇਕੱਤਰਤਾ ਕਾਲ ਤੱਕ ਸਾਹਮਣੇ ਹੋਵੇ ਜਾਂ ਕਿਤੇ ਵੀ ਇਹੋ ਜਿਹੀ ਯਾਦਗਾਰੀ ਇਕੱਤਰਤਾ ਹੋਵੇ ਤੇ ਇਹੋ ਜਿਹੀਆਂ ਘਟਨਾਵਾਂ ਜੇਕਰ ਵਾਪਰਦੀਆਂ ਨੇ ਉਹ ਬਹੁਤ ਹੀ ਦੁਖਦਾਇਕ ਜਿਹੜੇ ਪਲ ਹੁੰਦੇ ਨੇ ਕਿਉਂਕਿ ਜਿਹੜੀਆਂ ਜੇ ਆਪਾਂ ਵਿਸ਼ਵ ਪੱਧਰ ਤੇ ਵੀ ਦੇਖੀਏ ਜਿਹੜੀਆਂ ਕੌਮਾਂ ਨੇ ਕਿਤੇ ਇਹੋ ਜਿਹੀ ਪੀੜਾ ਸਹੀ ਹੋਵੇ ਜਾਂ ਇਹੋ ਜਿਹੇ ਦਰਦ ਰੱਖਦੇ ਹੋਣ ਉਹਨਾਂ ਦਾ ਵਰਤਾਰਾ ਵੀ ਕਾਫੀ ਵੱਖਰਾ ਹੁੰਦਾ ਹੈ ਸਮਾਜ ਦੇ ਵਿੱਚ ਜਾਂ ਰਾਜਨੀਤਿਕ ਤੌਰ ਤੇ ਵਿਚਰਨ ਦਾ ਪੋਲੀਟੀਕਲੀ ਸੋਸ਼ਲੀ ਸੋ ਜਾਂ ਤਾਂ ਜਿਹੜੀ ਉਹ ਜਿਹੜਾ ਸੱਲ ਹੈ ਉਹ ਜਿਹੜੀ ਇੱਕ ਦਰਦ ਹੈ ਜੀ ਉਹਨੂੰ ਜਿਵੇਂ ਗੁਰਭਗਤ ਸਿੰਘ ਉਹਨਾਂ ਨੇ ਇੱਕ ਬੜੀ ਸੋਹਣੀ ਕਿਤਾਬ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਇਸ ਦਰਦ ਨੂੰ ਸੂਰਜ ਬਣਨ ਦਿਓ ਸੋ ਜਿਹੜੀ ਉਹਦੀ ਸੰਜੀਦਗੀ ਹੈ ਕੱਲ ਭਾਵੇਂ ਘੱਲੂਘਾਰੇ ਦੀ ਹੈ ਜਾਂ ਜਿਹੜੇ ਹੋਰ ਵੀ ਸਿੱਖ ਕੌਮ ਤੇ ਜ਼ੁਲਮ ਹੋਏ ਉਹਨਾਂ ਦੇ ਵਿੱਚ ਇੱਕ ਜ਼ਿੰਮੇਵਾਰੀ ਦੀ ਔਰ ਸਹਿਰਦਤਾ ਦੀ ਬਹੁਤ ਲੋੜ ਹੈ ਭਾਵੇਂ ਪੋਲੀਟੀਕਲ ਲੈਵਲ ਤੇ ਹੋਵੇ ਸੋਸ਼ਲ ਲੈਵਲ ਤੇ ਹੋਵੇ ਜੀ ਤੇ ਜਿਹੜੇ ਹੁਣ ਆਪਾਂ ਇੱਥੇ ਗ੍ਰਿਫਤ ਦੀ ਗੱਲ ਕਰਦੇ ਹਾਂ 17 ਸਾਲਾਂ ਪਹਿਲਾਂ ਇੱਕ ਯਾਦਗਾਰ ਦੇ ਤੌਰ ਤੇ ਮਨਾਉਣੀਆਂ ਸ਼ੁਰੂ ਹੋਈਆਂ ਸੀ ਤੇ ਅੱਜ ਇੱਕ ਕਾਫੀ ਵੱਡਾ ਰੂਪ ਧਾਰਨ ਕਰ ਗਈਆਂ ਹੈ ਕਿਹੜਾ ਜੀ ਜੀ ਤੇ ਇਹਦੇ ਵਿੱਚ ਤੁਹਾਨੂੰ ਲੱਗਦਾ ਵੀ ਜਿਹੜੀ ਅਸੀਂ ਇੱਕ ਸਿੱਖ ਧਰਮ ਨੂੰ ਅਸੀਂ ਬਿਲੋਂਗ ਕਰਦੇ ਹਾਂ ਤੇ ਭਾਵੇਂ ਸਿੱਖ ਖੇਡਾਂ ਵੀ ਹੁੰਦੀਆਂ ਚਾਹੇ ਇਹ ਖੇਡਾਂ ਵੀ ਹੁੰਦੀਆਂ ਪਰ ਜਦੋਂ ਬਹੁਤਾਤ ਦੇਣੇ ਹੋ ਤਾਂ ਗੈਰ ਸਿੱਖ ਲੋਕਾਂ ਦੀ ਇੱਥੇ ਦੇਖਦੇ ਹੋ ਉਸ ਨੂੰ ਤੁਸੀਂ ਕਿਸ ਐਂਗਲ ਤੋਂ ਦੇਣੇ ਕੋਈ ਫਿਕਰ ਵਾਲੀ ਗੱਲ ਜੀ ਮੇਰੇ ਵਰਗਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਜਿਹੜੀ ਨਹੀਂ ਇਹ ਦੇਖੋ ਇੱਕ ਹੁਣ ਇੱਕ ਜਿਹੜੀ ਆਪਣੀ ਕਮਿਊਨਿਟੀ ਆਸਟ੍ਰੇਲੀਆ ਦੇ ਵਿੱਚ ਕਾਫੀ ਹਾਈ ਨੰਬਰ ਦੇ ਵਿੱਚ ਵਧ ਰਹੀ ਹੈ ਖੁਸ਼ੀ ਦੀ ਗੱਲ ਹੈ ਸਗੋਂ ਇਕੱਠੇ ਹੋਣਾ ਇੰਨੀ ਵੱਡੀ ਪੱਧਰ ਤੇ ਇਕੱਠੇ ਹੋਣਾ ਔਰ ਜਿਹੜੀਆਂ 2013 ਦੀਆਂ ਗੇਮਾਂ ਨੇ ਇਹਨਾਂ ਤੇ ਇਕੱਤਰਤਾ ਪਹਿਲਾਂ ਨਾਲੋਂ ਵੀ ਬਹੁਤ ਜ਼ਿਆਦਾ ਜਿਹੜੀ ਹੋਣ ਦੀ ਸੰਭਾਵਨਾ ਕੱਲ ਨੂੰ ਹੋਰ ਵੀ ਬਹੁਤ ਜਿਹੜੇ ਲੋਕ ਆ ਉਹ ਵੱਟ ਵੱਟ ਸੁਣਨ ਵਾਲੇ ਸੋ ਇਹ ਤਾਂ ਇੱਕ ਖੁਸ਼ੀ ਦਾ ਹੀ ਆਪਾਂ ਕਹਿ ਸਕਦੇ ਹਾਂ ਮੇਰਾ ਸਵਾਲ ਸੀ ਸਰੂਪ ਦੀ ਗੱਲ ਜੀ ਜੀ ਜੇਕਰ ਸਿੱਖੀ ਸਰੂਪ ਦੇ ਵਿੱਚ ਜੇ ਤੁਸੀਂ ਜਿੱਧਰ ਵੀ ਨਿਗਾਹ ਮਾਰਦੇ ਹੋ ਤੁਹਾਨੂੰ ਬਹੁਤ ਘੱਟ ਰਹੇ ਆ ਹਾਲਾਂਕਿ ਵਿਦੇਸ਼ ਦੇ ਵਿੱਚ ਇਹ ਗੱਲ ਉਲਟਾ ਵਿਦੇਸ਼ 'ਚ ਸਿੱਖੀ ਸਰੂਪ 'ਚ ਵੱਧ ਰਹੇ ਆ ਲੋਕ ਤਾਂ ਕੀ ਇਹਦੇ ਪਿੱਛੇ ਕੀ ਕਾਰਨ ਮੰਨ ਰਹੇ ਹੋ ਦੇਖੋ ਕਈ ਵਾਰ ਪਰਸਨਲ ਚੁਆਇਸ ਵੀ ਹੁੰਦੀ ਹੈ ਬਰਾੜ ਸਾਹਿਬ ਲੋਕਾਂ ਦੀ ਜਾਂ ਕਿਉਂਕਿ ਅੰਦਰੋਂ ਜੁੜੇ ਹੋ ਸਕਦੇ ਆ ਜਾਂ ਹਲੇ ਸਮਾਂ ਹੋਵੇ ਜਾਂ ਜਿਹੜੇ ਧਰਮ ਦੇ ਲੈਵਲ ਤੇ ਜੇ ਆਪਾਂ ਗੱਲ ਕਰੀਏ ਹਰ ਇੱਕ ਬੰਦੇ ਦੀ ਧਰਮ ਨੂੰ ਲੈ ਕੇ ਸਪਿਰਚੁਅਲ ਵੀ ਅਪਰੋਚ ਹੋ ਸਕਦੀ ਹੈ ਰਿਲੀਜੀਅਸ ਹੋ ਸਕਦੀ ਹੈ ਸੋ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ 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 ਸਰੂਪ ਪੱਖੋਂ ਵੀ ਜਿਹੜੀ ਸਿੱਖਾਂ ਦੇ ਵਿੱਚ ਇਹੋ ਜਿਹੀ ਚੇਤਨਤਾ ਆਵੇ ਪਰ ਆਪਣੇ ਸ਼ਹੀਦਾਂ ਦੀ ਯਾਦ 'ਚ ਤੇ 1984 ਦੀ ਘੱਲੂਘਾਰੇ ਦੀ ਯਾਦ 'ਚ ਇਸ ਨੰਬਰ ਦੇ ਵਿੱਚ ਜੁੜਨਾ ਔਰ ਜੁੜ ਕੇ ਜਿਵੇਂ ਹੁਣ ਸਬੱਬੀ ਮੇਲੇ ਜਿਹੜੇ ਹੋਣੇ ਇਹ ਵੀ ਬਹੁਤ ਇੱਕ ਖੁਸ਼ੀ ਦਾ ਜੀ ਬਿਲਕੁਲ ਮੈਂ ਇੱਥੇ ਇਹ ਗੱਲ ਕਹਿਣੀ ਚਾਹੂੰਗਾ ਸਾਡੇ ਸਰੋਤਿਆਂ ਨੂੰ ਵੀ ਤੇ ਮੈਂ ਮਹਿਸੂਸ ਵੀ ਕਰਦਾ ਵੀ ਜੇ ਸ਼ਹੀਦਾਂ ਦੀ ਸੀ ਯਾਦ ਮਨਾਉਣੇ ਆ ਤਾਂ ਸ਼ਹੀਦ ਉਹ ਕਿਉਂ ਹੋਏ ਸੀ ਉਹ ਸ਼ਹੀਦ ਹੋਏ ਸੀ ਸਾਡੀ ਕੌਮ ਨੂੰ ਬਚਾਉਣ ਲਈ ਜੀ 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 ਸਾਡੀ ਕੌਮ ਦੇ ਰੱਖੇ ਸੋ ਸਾਨੂੰ ਨਾਲ ਨਾਲ ਕਿਤੇ ਕਿਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਸ ਲਈ ਵੀ ਜਾਗਰੂਕ ਕਰਨਾ ਹਾਂ ਬਿਲਕੁਲ ਉਸ ਪਾਸੇ ਜਿਹੜੀ ਆ ਹੋਣ ਦਾ ਬੜੀ ਲੋੜ ਹੈ ਹੋਰ ਕੀ ਜਾਂਦੇ ਜਾਂਦੇ ਕਹਿਣਾ ਚਾਹੋਗੇ ਤੁਸੀਂ ਹਰਮਨ ਜੀ ਨੂੰ ਜਾਂਦੇ ਜਾਂਦੇ ਜੀ ਮੈਂ
ਵਧਾਈ ਦੇਣਾ ਚਾਹੂੰਗਾ ਜਿੱਦਾਂ ਸਾਊਥ ਆਸਟ੍ਰੇਲੀਆ ਦੇ ਵਿੱਚ ਪੰਜਾਬੀ ਅਖਬਾਰ ਨਵਾਂ ਸ਼ੁਰੂ ਹੋਇਆ ਪੰਜਾਬੀ ਲਾਗੂ ਹੋਈ ਹੈ ਔਰ ਇਸੇ ਤਰ੍ਹਾਂ ਵੱਖ ਵੱਖ ਸਟੇਟਾਂ ਦੇ ਵਿੱਚ ਪੰਜਾਬੀ ਨੂੰ ਜਿਹੜੀਆਂ ਸਰਕਾਰਾਂ ਨੇ ਜਾਂ ਹੋਰ ਜਿਹੜਾ ਪ੍ਰਸ਼ਾਸਨ ਹੈ ਉਹ ਹੁਣ ਗਿਣਤੀ ਮਿੰਟ ਦੇ ਵਿੱਚ ਰੱਖਣ ਲੱਗਿਆ ਔਰ ਮੀਡੀਆ ਦੇ ਵਿੱਚ ਜਿਹੜਾ ਪੰਜਾਬੀ ਮੀਡੀਆ ਆਸਟ੍ਰੇਲੀਆ ਦੇ ਵਿੱਚ ਬਹੁਤ ਪ੍ਰਫੁੱਲਿਤ ਹੋ ਰਿਹਾ ਵੱਖ ਵੱਖ ਰੇਡੀਓ ਸਟੇਸ਼ਨ ਆ ਰਹੇ ਨੇ ਨਵੀਆਂ ਅਖਬਾਰਾਂ ਸ਼ੁਰੂ ਹੋ ਰਹੀਆਂ ਨੇ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਜਿਹੜੀ ਆਸਟ੍ਰੇਲੀਆ ਦਾ ਜ਼ਿਕਰ ਹੋਣ ਲੱਗਿਆ ਗੱਲ ਹੋਣ ਲੱਗਿਆ ਸੋ ਇਸ ਲਈ ਸਾਰੇ ਹੀ ਪੰਜਾਬੀ ਆਸਟ੍ਰੇਲੀਆ ਦੇ ਵਧਾਈ ਦੇ ਪਾਤਰ ਨੇ ਜੀ 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 ਬੜੀ ਮਿਹਰਬਾਨੀ ਜੀ ਤੇ ਤੁਸੀਂ ਆਏ ਤੇ ਹਰਮਨ ਰੇਡੀਓ ਦੇ ਉੱਤੇ ਆਪਣਾ ਕੀਮਤੀ ਵਕਤ ਸ਼ੁਕਰੀਆ ਜੀ ਸ਼ੁਕਰੀਆ ਅੱਗੇ ਵੀ ਜੁੜੇ ਰਹੋ ਸ਼ੁਕਰੀਆ ਜੀ